मेरा नाम जी पवनदीप सिंह। मैं ही कहना चाहूँगा जे मैं इत्थों आ सकदा गुरु घर सेवा करन लई, बाकी भी प्रेमी सारे। ਤੁਸੀਂ ਦੇਖੋ ਦੂਰ ਦਨੇੜੇ ਉਹ ਸੰਗਤ ਆਈ ਆ, ਪਿੱਛੇ ਮੇਰੇ ਦੇਖ ਸਕਦੇ ਰੋਹ ਦਾ ਲੰਗਰ ਵੀ ਲੱਗਾ ਹੋਇਆ ਵਾ, ਚਾਹ ਪਕੌੜਿਆਂ ਲੰਗਰ, ਭਟੂਰੇ ਛੋਲਿਆਂ ਲੰਗਰ ਲੱਗਾ ਆ। ਨਿਆਣੀ ਉਮਰ ਵਿੱਚ ਜਿਨ੍ਹਾਂ ਨੂੰ ਘਰ ਦੇ ਨਾਨਕਿਆਂ ਨੇ ਬੂਹੇ ਬੰਦ ਕਰ ਦਿੱਤੇ, ਸੱਚੇ ਪਾਤਸ਼ਾਹ ਦੇ ਨਾਨੀ ਨੇ ਸੋਚ ਆਈ, ਨਾਨੀ ਨੇ ਹੀ ਉਹਦੇ ਉਹਨਾਂ ਬੱਚਿਆਂ ਨੂੰ ਪਾਲਾਂ ਪਕੜਿਆ ਅਤੇ ਗੁਰੂ ਅਮਰਦਾਸ ਜੀ ਕੋਲ ਪਹੁੰਚਾਇਆ। ਪਹਿਲੋਂ ਤਾਂ ਭਾਅ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਇਹ ਜਿਹੜਾ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜਾ ਕੱਲ੍ਹ ਨਗਰ ਕੀਰਤਨ ਸਾਰੇ 12 ਗੇਟਾਂ ਤੋਂ ਨਿਕਲਿਆ ਸੀ ਅਤੇ ਉਸ ਕੱਲ੍ਹ ਇੱਕ ਸਮਾਪਤੀ ਵੀ ਹਰਿਮੰਦਰ ਸਾਹਿਬ ਵੀ ਹੋਈ ਸੀ। ਹੁਣ ਅੱਜ ਦੇ ਦਿਨ ਅੱਜ ਦੇ ਦਿਨ ਅੱਜ ਸਾਰੇ ਪਾਸੇ ਲੰਗਰ ਲੱਗ ਗਏ ਹੋਏ ਨੇ ਅਤੇ ਦੂਰ ਦਰਾਜ ਸੰਗਤਾਂ ਆਈਆਂ ਦਰਸ਼ਨ ਕਰਨ ਵਾਸਤੇ। ਇੱਥੋਂ ਕਿ ਸਾਡੇ ਵੀਰ ਨਾਲ ਸਾਡੇ ਖੜ੍ਹੇ ਨੇ, ਇਹ ਵੀ ਕੈਨੇਡਾ ਸਪੈਸ਼ਲ ਆਏ ਨੇ ਅਤੇ ਮੱਥਾ ਟੇਕਣ ਵਾਸਤੇ, ਦਰਸ਼ਨ ਕਰਨ ਵਾਸਤੇ। ਸਰ ਤੁਸੀਂ ਦੇਖ ਸਕਦੇ ਜੇ ਬਹੁਤ ਜ਼ਿਆਦਾ ਉਤਸ਼ਾਹ ਵਾ, ਤੁਸੀਂ ਦੇਖੋ ਦੂਰ ਦਨੇੜੇ ਉਹ ਸੰਗਤ ਆਈ ਆ, ਪਿੱਛੇ ਮੇਰੇ ਦੇਖ ਸਕਦੇ ਰੋਹ ਦਾ ਲੰਗਰ ਵੀ ਲੱਗਾ ਹੋਇਆ ਵਾ, ਚਾਹ ਪਕੌੜਿਆਂ ਲੰਗਰ, ਭਟੂਰੇ ਛੋਲਿਆਂ ਲੰਗਰ ਲੱਗਾ ਆ। ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਉਤਸ਼ਾਹ ਵਾ ਜੀ। ਇਹ ਸਰ ਸਵੇਰ ਦਾ ਲੱਗਾ ਹੋਇਆ ਜੇ ਅੱਜ, ਹਾਂਜੀ ਹਰ ਸਾਲ ਲੱਗਦਾ, ਚਾਰ ਲੰਗਰ ਲੱਗਦੇ ਆ ਜੀ ਇੱਥੇ। ਇੱਕ ਗੁਰੂ ਰਾਮਦਾਸ ਜੀ ਪ੍ਰਕਾਸ਼ ਦਿਹਾੜੇ ਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ, ਗੁਰੂ ਨਾਨਕ ਪਾਤਸ਼ਾਹ ਦੇ ਵਿਸਾਖੀ ਦੇ ਲੱਗਦਾ ਜੀ। ਅਸੀਂ ਤਾਂ ਇਹ ਨੌਜਵਾਨਾਂ ਨੂੰ ਕਹਿਣਾ ਚਾਹਾਂਗੇ ਕਿ ਹਾਂ ਨਸ਼ੇ ਛੱਡੋ ਅਤੇ ਆਪਾਂ ਗਰੂਰ ਦੇ ਲੜ ਲੱਗੀਏ, ਬਸ ਇਹ ਕਹਿਣਾ ਚਾਹਾਂਗੇ ਜੀ। ਮੇਰਾ ਨਾਂ ਜੀ ਪਵਨਦੀਪ ਸਿੰਘ। ਮੈਂ ਹੀ ਕਹਿਣਾ ਚਾਹੂੰਗਾ ਜੇ ਮੈਂ ਇੱਥੋਂ ਆ ਸਕਦਾ ਗੁਰੂ ਘਰ ਸੇਵਾ ਕਰਨ ਲਈ, ਬਾਕੀ ਵੀ ਪ੍ਰੇਮੀ ਸਾਰੇ ਸੇਵਾ ਕਰ ਰਹੇ ਆ ਇੱਥੇ, ਰੋਜ਼ ਹੀ ਇੱਥੇ ਹੁੰਦੇ ਨੇ ਸੇਵਾ 'ਤੇ। ਇਹ ਗੁਰੂ ਘਰ ਦੇ ਪੱਕੇ ਪ੍ਰੇਮੀ ਸਾਰੇ ਇੱਥੇ ਸੇਵਾ ਕਰ ਰਹੇ। ਮੇਰਾ ਜੀ ਪਰਮਿੰਦਰ ਸਿੰਘ ਜੀ, ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜੀ ਗੁਰੂ ਰਾਮਦਾਸ ਗੁਰਪੁਰਬ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਦੀ ਆਪ ਸਭ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਸੱਚੇ ਪਾਤਸ਼ਾਹ ਜੀ ਜਾਂ ਚੂਨਾ ਮੰਡੀ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ, ਉਹਨਾਂ ਦੇ ਸ਼ੁਰੂ ਤੋਂ ਹੀ ਮਾਂ ਬਾਪ ਪਿਤਾ ਦਾ ਮਾਂ ਬਾਪ ਦਾ ਸਾਇਆ ਛੁੱਟ ਗਿਆ। ਸੱਚੇ ਪਾਤਸ਼ਾਹ ਉਮਰ ਛੋਟੀ ਸੀ, ਉਮਰ ਛੋਟੀ ਹੋਣ ਦੇ ਕਾਰਨ ਕਿੰਨੀਆਂ ਤੁਹਾਨੂੰ ਮਾਂ ਬਾਪ ਕੋਲੋਂ ਸਾਡਾ ਸਾਇਆ ਛੁੱਟ ਜਾਵੇ ਜਿੰਦਿਆਂ ਜੀ, ਅਤੇ ਸਾਡਾ ਕੀ ਹਾਲ ਹੁੰਦਾ ਹੈ। ਅਤੇ ਸੱਚੇ ਪਾਤਸ਼ਾਹ ਇੰਨੀ ਨਿਆਣੀ ਉਮਰ ਵਿੱਚ ਜਿਨ੍ਹਾਂ ਨੂੰ ਘਰ ਦੇ ਨਾਨਕਿਆਂ ਨੇ ਬੂਹੇ ਬੰਦ ਕਰ ਦਿੱਤੇ, ਸੱਚੇ ਪਾਤਸ਼ਾਹ ਦੇ ਨਾਨੀ ਨੇ ਸੋਚ ਆਈ, ਨਾਨੀ ਨੇ ਹੀ ਉਹਦੇ ਉਹਨਾਂ ਬੱਚਿਆਂ ਨੂੰ ਪਾਲਾਂ ਪਕੜਿਆ ਅਤੇ ਗੁਰੂ ਅਮਰਦਾਸ ਜੀ ਕੋਲ ਪਹੁੰਚਾਇਆ। ਉਹ ਬਾਸਰ ਕੇ ਚਲੇ ਗਏ, ਬਾਸਰ ਕੇ ਤੋਂ ਗੁਰੂ ਅਮਰਦਾਸ ਜੀ ਨੇ ਆਪਣੀ ਆਪਣੇ ਨਾਲ ਸਾਥ ਰੱਖਿਆ ਦਿੱਤਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਉਹ ਅੱਜ ਗੁਰੂ ਰਾਮਦਾਸ ਦਾ ਐਡਾ ਵੱਡਾ ਦਰ ਬਣਿਆ, ਕਿਉਂ ਉਹਨਾਂ ਦਾ ਆਪਣਾ ਹੀ ਘਰ ਬੂਹਾ ਨਹੀਂ ਸੀਗਾ, ਇਸ ਕਰਕੇ ਉਹਨਾਂ ਨੂੰ ਮਨ 'ਚ ਆਇਆ ਕਿ ਮੈਂ ਕਿੱਥੇ ਜਾਵਾਂਗਾ, ਅਤੇ ਉਹਨਾਂ ਨੇ ਸੰਗਤਾਂ ਲਈ ਜ਼ੋਰ ਦਿੱਤਾ ਕਿ ਇਹ ਦਰ ਮੈਂ ਨਹੀਂ ਛੱਡਣਾ। ਇਹ ਦਰ ਦੇ ਉੱਤੇ ਗੁਰੂ ਰਾਮਦਾਸ ਜੀ ਲੱਖਾਂ ਸੰਗਤਾਂ ਆਉਣਗੀਆਂ, ਆਰਾਮ ਕਰਨਗੀਆਂ, ਲੰਗਰ ਮਿਲੇਗਾ, ਪਾਣੀ, ਕਿਸੇ ਨੂੰ ਭੁੱਖਿਆ ਜਾਣ ਹੀ ਨਹੀਂ ਦਿੰਦੇ। ਉਹ ਐਸੀ ਕਿਰਪਾ ਦੇ ਮਾ ਛੱਤਰ ਚੱਲਦੇ ਅੱਜ ਵਾ, ਇੰਨੀ ਕੱਲ ਨਗਰ ਕੀਰਤਨ ਦੇ ਵਿੱਚ ਇੰਨੀਆਂ ਬਖਸ਼ਿਸ਼ਾਂ ਸੀ ਮਾਲਕ ਦੀ ਕਿਰਪਾ ਨਾਲ, ਇਹ ਅਸੀਂ ਨਜ਼ਾਰਾ ਦੱਸ ਵੀ ਨਹੀਂ ਸਕਦੇ। ਔਰ ਇੰਨਾ ਜਿੰਨੇ ਮਰਜ਼ੀ ਅਸੀਂ ਵਿਆਹ ਸ਼ਾਦੀਆਂ ਵੇਖ ਲਈਏ, ਕੁਛ ਵੇਖ ਲਈਏ, ਪਰ ਜੋ ਗੁਰੂ ਰਾਮਦਾਸ ਜੀ ਦੇ ਘਰ ਦਾ ਅਸੀਂ ਨਜ਼ਾਰਾ ਵੇਖ ਲਈਏ, ਇਹ ਸਾਨੂੰ ਕਿਤੇ ਅੰਦਰ ਦੀ ਤੜਫ ਪੈਦਾ ਕਰ ਦਿੰਦੇ, ਸਾਰੇ ਦੁੱਖ ਵੀ ਮਹਿਸੂਸ ਨਹੀਂ ਹੋਣ ਦਿੰਦੇ।